ਫ੍ਰੀ ਡਿਜ਼ਾਈਨ ਹੈਗਾ ਨਾ ਵੀਡੀਓ ਉਹਨੂੰ ਇੱਕ ਪਤੰਗ ਜਾਂ ਦੋ ਪਤੰਗ ਅਸੀਂ ਫ੍ਰੀ ਦੇਵਾਂਗੇ ਅਗਰ ਦਿਖਾਏਗਾ ਆ ਕੇ ਪੋਣਾ ਸਾਈਜ਼ ਬਟਰ ਪੇਪਰ ਦੇ ਵਿੱਚ ਇਹਦਾ ਰੇਟ ਭਾਜੀ 1600 ਲੱਗ ਜਾਏਗਾ ਅਗਰ ਜੇ 2 ਸੈਂਕੜੇ 3 ਸੈਂਕੜੇ ਕੋਈ ਲੈ ਇਹ ਲਓ ਜੀ ਡੇਢ ਤਾਵੇ ਦੇ ਵਿੱਚ ਪਾਕਿਸਤਾਨੀ ਡਿਜ਼ਾਈਨ ਹਰ ਸਾਲ ਦੀ ਤਰ੍ਹਾਂ ਜਿਹੜਾ ਸੀ हाँ जी गाइज की हाल चाल आ गया नवी वीडियो दे नाल पिछली वीडियो च जिद्दां तुसीं देख के आए अंबरसरियां दी हट्टी दी तुहानूं सारी वरायटी दिखाई सी ते इह वी उहनां दी इक होर शॉप है अंबरसरियां दी हट्टी मोनू काइट अंबरसर तों जिहड़े आ चुके हैं इहनां दे कोल वी अलग अलग यूनीक काइट्स अवेलेबल है। देखो छोटे पतंगां दे विच ही पाकिस्तानी डिजाइन तैयार कर रखे है, बहुत वरायटी इहनां कोल पई है। सब तो पहला भाजी नूं मिलदे आ, मोनू काइट अंबरसर दे ओनर। मोनू भाजी की हाल चाल? ठीक है वीरे। ठीक हो? लोहड़ी किद्दां रही भाजी? ਬਹੁਤ ਵਧੀਆ। ਐਂਡ ਤੇ ਇੱਧਰ ਹੁਣ ਬਠਿੰਡੇ ਦਾ ਸੀਜ਼ਨ ਕੱਟਣ ਆ ਗਏ ਤੁਸੀਂ? ਹਾਂਜੀ ਭਾਈ, ਆ ਗਏ 10 ਦਿਨ ਲਾਣ ਵਾਸਤੇ। ਹਾਂਜੀ 10 ਦਿਨ ਲਾਣ ਆ ਗਏ ਤੇ ਭਾਜੀ ਸਟਾਰਟ ਕਿਹੜੀ ਗੁੱਡੀ ਤੋਂ ਕਰੋਗੇ ਤੁਸੀਂ? ਸਟਾਰਟ ਭਾਈ 5 ਵਾਲਾ ਪਤੰਗ ਹੀ ਹੈ ਫਿਲਹਾਲ ਤਾਂ। 5 ਵਾਲਾ ਪਤੰਗ? 5 ਵਾਲਾ। ਲਓ ਜੀ ਭਾਈ, ਇਸ ਵਾਰੀ ਮਹਿੰਗਾ ਹੈ ਤੁਹਾਡਾ। ਅੱਛਾ, 4.5 ਰੁਪਏ ਦਾ। 4.5 ਰੁਪਏ? 450 ਰੁਪਏ ਸੈਂਕੜਾ। ਵੈਸੇ ਸਿੰਗਲ ਪੀਸ 5 ਰੁਪਏ ਦਾ ਲਏਗਾ ਤੇ ਕੋਈ 400, ਹੋਰ ਰਹਿਤ ਵੀ ਹੋ ਜਾਊਗੀ। ਜਿਆਦਾ ਪੀਸ ਲਓਗੇ ਤਾਂ ਹੋਰ ਰਹਿਤ ਵੀ ਹੋ ਜਾਣੀ ਹੈ। ਇਸ ਤੋਂ ਬਾਅਦ ਸਾਈਜ਼ ਭਾਜੀ? ਪੋਣਾ ਸਾਈਜ਼। ਪੋਣਾ ਸਾਈਜ਼ ਆ ਚੁੱਕਿਆ, ਮਾਰਕੇ ਦੇ ਵਿੱਚ ਹੈ ਭਾਜੀ। ਅੱਧਾ ਸਾਈਜ਼ ਵੀ ਇਹਦੇ ਚ ਵੀ ਮੂਸੇ ਵਾਲਾ ਭਾਜੀ, ਲੈਜੈਂਡ ਭਾਈ। ਹਾਂ, ਮਾਰਕੀ ਵਾਲੀ ਹੈ ਵੀ। ਮੱਛੀ ਮਾਰਕਾ ਭਾਜੀ? ਹਾਂਜੀ ਮੱਛੀ ਮਾਰਕਾ। ਕਿੰਨੇ ਦਾ ਭਾਜੀ? 6 ਰੁਪਏ ਦਾ। 6 ਰੁਪਏ ਦਾ? 600 ਰੁਪਏ ਸੈਂਕੜਾ ਜਾਂ ਸਿੰਗਲ ਪੀਸ? ਸਿੰਗਲ ਪੀਸ 6 ਰੁਪਏ ਦਾ, 580 ਲਾਣਾ। 580 ਰੁਪਏ ਸੈਂਕੜਾ। ਤੁਹਾਡੀ ਵੀਡੀਓ ਦੇਖ ਕੇ ਤਾਂ। ਅੱਛਾ, ਇਸ ਤੋਂ ਬਾਅਦ ਭਾਜੀ ਸਾਈਜ਼ ਪੋਣਾ? ਹਾਂਜੀ 800 ਰੁਪਏ। ਪੋਣਾ 800 ਰੁਪਏ ਸੈਂਕੜਾ ਵੇ ਮੱਛੀ ਵਾਲੇ ਦਾ। ਮੱਛੀ ਮਾਰਕਾ ਮਾਰਕੀਟ 900 ਵਿਕਦਾ ਵੇ ਭਾਜੀ? 800 ਰੁਪਏ ਸੈਂਕੜਾ ਲਾਣਗੇ। ਨਾ ਮਰਜ਼ੀ ਲੈ ਇਹ ਆ ਗਈ ਤੁੱਕਲ। ਲਓ ਜੀ ਤੁੱਕਲ ਆ ਗਈ, ਕੈਨੇਡਾ ਕਨੇਡਾ ਦੀ ਤੁੱਕਲ। ਇਹਦਾ ਰੇਟ ਭਾਜੀ? 12 ਰੁਪਏ। ਹਾਂਜੀ ਸਿੰਗਲ ਪੀਸ? ਸਿੰਗਲ ਪੀਸ 12 ਰੁਪਏ। ਸੈਂਕੜਾ? ਸੈਂਕੜਾ 1100 ਰੁਪਏ। ਸੈਂਕੜਾ 1100 ਰੁਪਏ ਸਰ। ਇਹ ਆ ਗਿਆ ਤਾਵਾ ਰਾਮਪੁਰੀ। ਲਓ ਜੀ ਤਾਵਾ ਰਾਮਪੁਰੀ ਆ ਚੁੱਕਿਆ। ਰੇਟ ਭਾਜੀ? ਹੋਲਸੇਲ ਰੇਟ ਹੈ ਤਾਂ 20 ਰੁਪਏ ਵੈਸੇ ਤਾਂ। ਅੱਛਾ, ਵੈਸੇ ਹੋਲਸੇਲ ਰੇਟ ਹੀ 20 ਰੁਪਏ ਹੈ, ਰਿਟੇਲ 'ਚ ਥੋੜਾ ਮਹਿੰਗਾ ਹੋਊਗਾ। ਹਾਂ, ਰਿਟੇਲ 'ਚ ਮਹਿੰਗਾ ਵਾ, ਤੁਹਾਨੂੰ ਅਸੀਂ 18 ਰੁਪਏ ਦੇਵਾਂਗੇ। ਲਓ ਜੀ ਆਪਣੀ ਵੀਡੀਓ ਵਾਲੇ ਨੂੰ 18 ਰੁਪਏ। ਹਾਂਜੀ 220 ਰੁਪਏ ਦਰਜਨ। 220 ਰੁਪਏ ਦਰਜਨ। ਲਓ ਜੀ ਬਟਰ ਪੇਪਰ ਦੇ ਵਿੱਚ ਵੀ ਵੈਰਾਈਟੀ, ਪੋਣਾ ਸਾਈਜ਼ ਬਟਰ ਪੇਪਰ ਦੇ ਵਿੱਚ। ਇਹਦਾ ਰੇਟ ਭਾਜੀ? 1000 ਰੁਪਿਆ। ਇਹਦੇ 'ਚ ਵੀ ਅਲੱਗ ਅਲੱਗ ਡਿਜ਼ਾਈਨ ਕਲਰ ਪਏ ਆ। 150 ਰੁਪਿਆ। ਹਾਂਜੀ 12 ਪੀਸ ਲਓਗੇ 150 ਦੇ। ਅੱਛਾ, ਦਰਜਨ 'ਚ? ਦਰਜਨ 'ਚ ਜ਼ਿਆਦਾ ਹੈ ਰੇਟ, ਹੋਲਸੇਲ 'ਚ ਜਿਹੜਾ ਸੈਂਕੜਾ ਹੁੰਦਾ ਰੇਟ ਘੱਟ ਹੈ। ਬਟਰ ਪੇਪਰ ਦੇ ਵਿੱਚ ਕਲਰ ਵਾਧੂ, ਕਲਰ ਡਿਜ਼ਾਈਨ ਵਾਧੂ ਪਏ ਆ, ਸਾਰੀ ਤਾਂ ਗੋਦੀ ਲੱਗੀ ਪਈ ਹੈ। ਜਦੋਂ ਦੁਕਾਨ ਤੇ ਆਓਗੇ ਹੋਰ ਵੈਰਾਈਟੀ ਤੁਹਾਨੂੰ ਦੇਖਣ ਨੂੰ ਮਿਲੂਗੀ। ਠੀਕ ਹੈ ਸਰ। ਅੰਬਰਸਰੀ ਪਤੰਗ? ਅੰਬਰਸਰੀ ਪਤੰਗ ਵੀ ਆ ਗਿਆ। ਲਓ ਭਾਜੀ ਦਿੱਲੇ ਵਾਲਾ, ਕਾਲੇ ਦਿੱਲੇ ਵਾਲਾ? ਅੱਛਾ, ਸੇਕੀ ਸੇਕੇ ਦਿੱਲੇ ਦੀ। ਇਹਦਾ ਭਾਜੀ ਰੇਟ? 850। 850 ਰੁਪਏ ਸੈਂਕੜਾ। ਲਓ ਜੀ ਅੰਬਰਸਰੀ ਪਤੰਗ ਰੇਟ ਹੀ ਬਦਲ ਗਏ। ਅੱਛਾ, ਇਸ ਵਾਰ ਰੇਟ ਥੋੜਾ ਅਪ ਹੈ ਮੇਰੇ ਹਿਸਾਬ ਨਾਲ। ਸਰਕਾਰਾਂ ਦੇ ਰੇਟ ਹੈ ਨਾ। ਇਹਦਾ ਰੇਟ ਭਾਜੀ? 900 ਰੁਪਏ ਸੈਂਕੜਾ। ਇਹ ਥੋੜੀ ਪੂੰਛੜੀ ਆ ਗਈ ਜਿਹਨੂੰ ਆਪਣੇ ਇੱਧਰ ਪੂੰਛੜੀ ਕਹਿੰਦੇ ਆ, ਫੈਂਸੀ ਪਤੰਗ। ਬੜੇ ਡਿਜ਼ਾਈਨ ਹੈ, ਡਿਜ਼ਾਈਨ ਕਲਰ ਵਾਧੂ। ਲਓ ਭਾਜੀ ਆ ਸਾਰੀ ਤਾਂ ਗੋਂਦੀ, ਕਲਰ ਡਿਜ਼ਾਈਨ ਤੁਹਾਡੇ ਸਾਹਮਣੇ ਹੀ ਹੈ ਭਾਜੀ, ਦਿਖਾ ਰਹੇ ਹੈ। ਜਦੋਂ ਆਓਗੇ ਹੋਰ ਡਿਜ਼ਾਈਨ ਮਿਲ ਜਾਣੇ ਤੁਹਾਨੂੰ। ਲਓ ਤਾਵਾ ਆ ਗਿਆ ਮੇਰੇ ਸਾਹਮਣੇ। ਤਾਵਾ 20 ਰੁਪਏ ਦਾ, ਨਖਲਾਊ ਕਾਰਡ ਆ। ਇਹ ਵੀ ਤੁਹਾਨੂੰ 18 ਲੱਗੇਗਾ। 1800 ਰੁਪਏ ਸੈਂਕੜਾ। 1600 ਲੱਗ ਜਾਏਗਾ ਅਗਰ ਜੇ 2 ਸੈਂਕੜੇ 3 ਸੈਂਕੜੇ ਕੋਈ ਲਏਗਾ। ਉਹ ਤੁਹਾਡੇ ਤੇ ਡਿਪੈਂਡ ਹੈ, ਜਿੰਨੀ ਕੁਆਂਟੀਟੀ ਤੁਸੀਂ ਵਧਾਓਗੇ ਉਹਨਾਂ ਰੇਟ ਘਟ ਜਾਣਾ। ਰੇਟ ਘਟ ਜਾਣਾ। ਹਾਂ ਹਾਂਜੀ, ਠੀਕ ਹੈ। ਸਿੰਗਲ ਪੀਸ ਤੁਹਾਨੂੰ ਮਹਿੰਗਾ ਪੈਣਾ। ਇਹਦੇ ਵਿੱਚ ਕੁਛਕੜੀ ਆ ਗਈ। ਕੁਛਕੜੀ? ਹਾਂਜੀ। ਇਹਦਾ ਰੇਟ ਭਾਜੀ? 1600 ਰੁਪਏ ਦਾ। 1600 ਰੁਪਏ ਸੈਂਕੜਾ। ਮਹਿੰਗੀ ਹੁੰਦੀ ਹੈ ਵੈਸੇ, ਮਹਿੰਗੀ ਹੈ। 1600 ਰੁਪਏ ਸੈਂਕੜਾ ਇੱਧਰ। ਇਹਦੇ 'ਚ ਵੀ ਡਿਜ਼ਾਈਨ ਤਾਵਾ 'ਚ ਵੀ ਵਾਧੂ ਪਏ ਆ ਤੇ ਪੁਛਕੜੀ ਦੇ ਵਿੱਚ ਵਾਧੂ ਪਏ ਆ। ਵਧੀਆ ਵੀ ਤੁੱਕਲ ਆ ਗਈ ਹੈ। ਇਸ ਤੋਂ ਵਧੀਆ ਤੁੱਕਲ ਇੱਕ ਹੋਰ ਆ ਗਈ। 20 ਰੁਪਏ ਦੀ? 1600 ਰੁਪਏ ਸੈਂਕੜਾ। ਹਾਂਜੀ ਵਧੀਆ ਤੁੱਕਲ। 20 ਰੁਪਏ ਦੀ ਵੈਸੇ ਸਿੰਗਲ ਪੀਸ ਤੇ 1600 ਰੁਪਏ ਸੈਂਕੜਾ। ਦਰਜਨ ਨਾ 240 ਮਿਲਣਗੇ। ਦਰਜਨ 240। ਸਭ ਤੋਂ ਪਹਿਲਾਂ ਤੇ ਵੀਰੇ ਕੈਨੇਡਾ। ਲਓ ਜੀ ਕੈਨੇਡਾ। ਇਹ ਭਾਜੀ ਸਾਈਜ਼ ਕਿੰਨਾ ਹੈ? 1.5 ਤਾਵਾ। 1.5 ਤਾਵਾ ਦੇ ਵਿੱਚ ਕੈਨੇਡਾ ਪੁਛਕੜੀ। ਇਹਦਾ ਭਾਜੀ ਰੇਟ? 40 ਰੁਪਏ ਰੇਟ ਹੈ ਦਾ ਵੈਸੇ। ਦਰਜਨ ਲਓਗੇ 420 ਰੁਪਏ ਦਰਜਨ ਹੈ, 35 ਰੁਪਏ ਦਾ ਮਿਲੇਗਾ। 40 ਰੁਪਏ ਰੇਟ ਹੈ ਵੈਸੇ। ਲਓਗੇ
पाकिस्तानी डिजाइन अंबरसर ने लिया को मिलना ही मिलना अच्छा इनका रेट भाजी अंबरसर ऑफर है बठिंडे वाले लो जी गुड्डी पूरी घेंट है पूरा घेंट तैयार होया गुड्डा डेढ़ तावे पाकिस्तानी हो डिजाइन भी वादू पे ए सिर्फ अंबरसर मोनू काइट अंबरसर को लो जी पूछड़ी आ गया कोल बता पाकिस्तानी दुक्कर पाकिस्तानी डिजाइन मेरे ख्याल आ खासियत है गोल्डन पत्ता होता है भाई चेस भी मिलेगा ना हो डिजाइन भी मिल जाएंगे इनके विच डिजाइन वादू अपने को देखो डेढ़ तावे दी पूछड़ी है लो जी एक होर डिजाइन मैं कहना हूं घेंट घेंट देख रहे ना ये सिर्फ अंबरसरिया की निशानी है भी डिजाइन तुम घेंट घेंट ही मिलने हैं तुम आप बनाने ना हां भाई रेट इनका 30 रुपए का छोटे बच्चे भी दस दो छोटे बच्चे भी देख दे अपनी वीडियो 100 रुपए 100 12 सिंगल पीस 100 लोगे 600 रुपए 100 लोगे 600 रुपए वैसे 100 दे 12 उसे रेट सेम च डिजाइन ते अवल मतलब अलग अलग जवाका दे बेंटन हो गया होर भी हैप्पी न्यू ईयर लो जी डिजाइन वादू जवाका वास्ते भी डिजाइन काफी पए है भाजी हरां कोल लो जी लो डिजाइन कलर वादू बेंटन डेढ़ तावा बटर पेपर अच्छा ये अलग थोड़ा आ गई बटर पेपर च आ गया 40 रुपए 20 है अपने चैनल ₹35 सिर्फ लाइक कमेंट कर दो भाजी और क्योंकि डिजाइन प्रूफ लियाना पैना 100 रुपए लो जी उपर 3 तावा लगे हुए डिजाइन इनका रेट भाजी 80 रुपए का सिंगल पीस 100 रुपए दे जांदे मैं बाजार जोने घूम गया पिछे इधर भी इधर 100 रुपए 3 तावा दा रेट थोड़ा मेरे ख्याल अप है भाजी 80 दा दे रहे है ज्यादा भाजी क्वांटिटी लईए भाजी अप बता दी है मतलब दे मार्केट च 100 रुपए देंदे लोकी अच्छा अच्छा इधर 80 है आम है असि फैंसी भी 80 रुपए देने अच्छा अच्छा ये जेड़ा पाकिस्तानी डिजाइन है फैंसी जांदा है 7500 दा सैकड़ा 7500 दा वैसे सिंगल पीस 80 रुपए दा डिजाइन चेक कर लो एक तो एक मैं कहना चढ़दा जांदा है घट लोगे ज्यादा ही लगना जवाका एक और गुड्डी आ गई 4 रुपए की सिंगल एक और आ गई वैरायटी बच्चे कि रेट 7 रुपए का क्वांटिटी वधाओगे तो रेट घट देना भाजी तुहाडे ते डिपेंड है किन्नी क्वांटिटी लैनी है घट लोगे तो ज्यादा रेट लगना है ज्यादा लोगे तो घट रेट लगना है बाकी भाई चाइना डोर का ना इस्तेमाल करो त्यौहार आंदा एक दिन आंदा है बच्चे उंगल कटी जावे किसी नहीं करदा ओ सदा ली रहनी है सदा ली घट लग जाना सही गल है भाई बच्चे अगर जीते करदे है ना
ਗੱਟੂ ਲੈਣਾ ਬੱਚੇ ਕਹਿੰਦੇ ਮੈਂ ਗੱਟੂ ਲੈਣਾ ਗੱਲਾ ਗੱਟੂ ਦੇ ਵਿੱਚ ਵੀ ਦੂਜੀ ਡੋਰ ਆ ਗਈ ਮਿਲ ਜੇਗਾ ਇਹਦੇ ਤੇ ਸਾਦਾ ਧਾਗਾ ਸਿੰਪਲ ਧਾਗਾ ਚੜਿਆ ਹੋਇਆ ਇਹਦੇ ਤੇ ਧਾਗਾ ਬੱਚਿਆਂ ਵਾਸਤੇ ਆ ਇਹ ਤਾਂ ਬਸ ਉਹਨੂੰ ਇਦਾਂ ਹੋ ਜਾਂਦਾ ਵੀ ਗੱਟੂ ਆ ਗਿਆ ਬਸ ਹਾਂ 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 ਬੱਚਿਆਂ ਦਾ ਖਿਡੌਣਾ ਹੈ ਇੱਕ ਗੱਟੂ ਆ ਗਿਆ ਮੇਰੇ ਕੋਲ ਗੱਟੂ ਆ ਗਿਆ ਬੱਚੇ ਜਿੱਦ ਕਰਦੇ ਤਾਂ ਮੈਂ ਮਾਰਕੀਟ 'ਚ ਗੱਟੂ ਆਂਦਾ ਲਓ ਜੀ ਉਹਨਾਂ ਨੂੰ ਪਤਾ ਨਹੀਂ ਹੁੰਦਾ ਵੀ ਧਾਗਾ ਕਿਹੜਾ ਹੈ ਹਾਂ 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 ਮਤਲਬ ਇਹ ਦੇਖੋ ਬੱਚਿਆਂ ਵਾਸਤੇ ਵੀ ਗੱਟੂ ਆ ਚੁੱਕਿਆ ਹੈ 100 ਰੁਪਏ ਦਾ 80 ਰੁਪਏ ਦਾ ਬੱਚਾ ਇਹਨਾਂ ਖੁਸ਼ ਹੁੰਦਾ 1000 ਰੁਪਏ ਦਾ 800 ਰੁਪਏ ਦਾ ਚਾਈਨਾ ਡੋਰ ਦਾ ਗੱਟੂ ਲੈਂਦੇ ਹੋ ਗੁੱਟ ਲੈਂਦੇ ਹੋ ਉਹਦਾ ਫਾਇਦਾ ਕੋਈ ਨਹੀਂ ਆ ਇਹ 100 ਤੇ 80 ਰੁਪਏ ਦਾ ਸਿਰਫ ਬੱਚਾ ਤੁਸੀਂ ਘਰ ਰਹਿਣੀ ਹੋ ਬੱਚਾ ਛੱਤ ਦੇ ਪੱਗ ਚੜਾਉਂਦੇ ਆ ਬੱਚੇ ਦਾ ਹੱਥ ਕੱਟਿਆ ਜਾਵੇ ਸਹੀ ਗੱਲ ਹੈ ਪੈਰ ਚ ਫਿਰਦੇ 9 ਲੱਖ ਦੇ ਉਹਦਾ ਕੀ ਫਾਇਦਾ ਉਹਦਾ ਕੀ ਫਾਇਦਾ ਸਹੀ ਗੱਲ ਹੈ ਬਾਈ ਲਓ ਜੀ 16 ਤਾਰ ਚ 6000 ਮੀਟਰ 6000 ਅਸੀਂ ਵੇਚਦੇ ਹੀ ਵੱਡਾ ਇਹ ਭਾਈ ਇਹਦਾ ਰੇਟ ਚਰਕੜੇ ਦਾ ਕੀ ਪੂਰੇ ਦਾ 1500 ਹੈ 1500 ਰੁਪਏ ਤੁਹਾਡੀ ਵੀਡੀਓ ਦੇਖ ਕੇ ਆਏਗਾ 1300 ਦਾ ਦੇਵਾਂਗੇ ਲਓ ਜੀ ਡੋਰ ਵੀ ਪੂਰੀ ਮੋਟੀ ਹੈ ਇਦਾਂ ਨਹੀਂ ਵੀ ਉੱਡਣੇ ਨਹੀਂ ਪਤੰਗ ਜਾਣਗੇ ਤੇ 1300 ਦੇ ਦਾਂਗੇ 1300 ਰੁਪਏ ਲੱਗ ਜਾਣਾ ਲਓ ਤਾਰ 16 ਤਾਰ 6000 ਮੀਟਰ ਆ ਦੋ ਬੰਦੇ ਪਤੰਗ ਚੜਾਣਗੇ ਨਾ ਤਾਲੇ ਦਿਨ ਖਤਮ ਨਹੀਂ ਹੁੰਦਾ ਭਾਈ ਇੱਕ ਵੱਡਾ ਪਤੰਗ ਹਾਂਜੀ 6 ਤਾਵਾ 6 ਤਾਵਾ 12 ਰੁਪਏ ਦਿਖਾਣੇ ਤੁਹਾਨੂੰ ਇਹ ਲਓ ਜੀ 6 ਤਾਵਾ ਚੈਸ ਪੂਰਾ ਘੈਂਟ ਹੈ ਭਾਈ ਵੇਖਣ ਚ ਪੂਰਾ ਘੈਂਟ ਲੱਗ ਰਿਹਾ ਮੋਬਾਈਲ ਚ ਥੋੜਾ ਚਲੋ ਲੱਗਦਾ ਹੋਊਗਾ ਭਾਈ ਇਹਦਾ ਰੇਟ ਤਾਂ ਮੈਂ ਇਹਦਾ ਰੇਟ ਕੋਈ ਨਹੀਂ ਅੱਛਾ ਫਿਲਹਾਲ ਖਤਮ ਹੈ ਖਤਮ ਆ ਗਏ ਤਾਂ 300 250 200 ਜਿੱਥੇ ਰੇਟ ਹੈ ਦੇ ਦਾਂਗੇ ਅੱਛਾ ਇਹ ਖਤਮ ਹੈ ਕਿਸੇ ਵਾਸਤੇ ਹੈ 20 ਰੁਪਏ 30 ਰੁਪਏ ਸਮਾਗ ਦੇ ਦਿੰਦੇ ਜਿਆਦਾ ਨਹੀਂ ਸੋ ਵੈਰਾਈਟੀ ਤੁਹਾਨੂੰ ਅੰਮ੍ਰਿਤਸਰੀਆਂ ਦੀ ਹੱਟੀ ਤੇ ਪੂਰੀ ਦਿਖਾਤੀ ਯੂਨੀਕ ਡਿਜ਼ਾਈਨ ਘੈਂਟ ਘੈਂਟ ਪੂਰੇ 6 ਤਾਵਾ ਤੱਕ ਦੇ ਛੋਟੇ ਬੱਚੇ ਤੋਂ ਲੈ ਕੇ 6 ਤਾਵਾ ਤੱਕ ਵੱਡੇ ਪਤੰਗ ਜਿਹੜੇ ਉਹ ਸਾਰੀ ਵੈਰਾਈਟੀ ਆਪਾਂ ਤੁਹਾਨੂੰ ਦਿਖਾ ਚੁੱਕੇ ਆ ਪਾਕਿਸਤਾਨੀ ਡਿਜ਼ਾਈਨ ਬਟਰ ਪੇਪਰ ਜਿਹੜੇ ਜਿਹੜੇ ਵੀ ਡਿਜ਼ਾਈਨ ਭਾਜੀ ਹਰ ਕੋਲ ਅਵੇਲੇਬਲ ਸੀ ਸਾਰੇ ਤਾਂ ਦਿਖਾ ਚੁੱਕੇ ਆ ਹੁਣ ਭਾਜੀ ਇਹਨਾਂ ਤੋਂ ਇੱਕ ਨੰਬਰ ਲੈ ਲਈਏ ਤੇ ਐਡਰੈਸ ਲੈ ਲਈਏ ਭਾਜੀ ਨੰਬਰ 8893965638 ਭਾਈ ਰਿਕਵੈਸਟ ਹੈ ਨੰਬਰ ਤੇ ਮੈਂ ਦੇਤਾ ਛੋਟੇ ਬੱਚੇ ਫੋਨ ਬੜਾ ਕਰਦੇ ਆ ਹਾਂ ਇੱਕ ਇਹ ਵੀ ਜਿੰਨੇ ਲੈਣਾ ਨਾ ਪਤੰਗ ਉਹੀ ਆਵੇ ਕੋਈ ਕਰੇ ਤਾਂ ਸਿੱਧਾ ਦੁਕਾਨ ਤੇ ਆਏ ਹਾਂ ਅਮਰੀਕ ਸਿੰਘ ਰੋਡ ਗੋਲ ਟਿੱਕੀ ਸਬਜ਼ੀ ਮੰਡੀ ਦੇ ਅਪਡੇਟ ਸਾਹਮਣੇ ਗੋਪੀ ਟਿੰਬਰ ਦੇ ਵਿੱਚ ਅਸੀਂ ਬੈਠੇ ਹੁੰਦੇ ਹਰ ਸਾਲ ਦਾ ਭਾਜੀ ਦਾ ਐਡਰੈਸ ਹੈ ਗੋਪੀ ਟਿੰਬਰ ਹਾਂਜੀ ਐਡਰੈਸ ਤੇ ਮੋਬਾਈਲ ਨੰਬਰ ਭਾਜੀ ਨੇ ਦੇਤਾ ਮੋਬਾਈਲ ਨੰਬਰ ਦੀ ਇੱਕ ਰਿਕੁਐਸਟ ਹੈ ਯਾਰ ਮੇਰੇ ਵੱਲੋਂ ਵੀ ਰਿਕੁਐਸਟ ਹੈ ਵੀ ਐਵੇਂ ਨਾ ਕੋਈ ਫੋਨ ਕਰੋ ਬਾਹਰੋਂ ਕੋਈ ਆਂਦਾ ਚੱਲ ਬੰਦੇ ਨੂੰ ਲੱਭਣ 'ਚ ਕੋਈ ਦਿੱਕਤ ਆ ਜਾਂਦੀ ਹੈ ਤਾਂ ਉਹ ਬੰਦਾ ਫੋਨ ਕਰੇ ਜਾਂ ਜਿਹਨੇ ਲੈਣਾ ਉਹ ਕਰੇ ਫੋਨ ਐਵੇਂ ਜਵਾਕ ਸਵਾਦ ਲੈਂਦੇ ਵੀ ਆ ਕਿੰਨੇ ਦਾ ਲੱਗ ਜੂਗਾ ਉਹ ਕਿੰਨੇ ਦਾ ਲੱਗ ਜੂਗਾ ਉਹ ਚੀਜ਼ ਨਾ ਕਰਿਓ ਸੋ ਮੇਰੀ ਰਿਕੁਐਸਟ ਹੈ ਬਾਕੀ ਵੈਰਾਈਟੀ ਤੁਹਾਨੂੰ ਦਿਖਾ ਚੁੱਕੇ ਹਾਂ ਜੇ ਪਸੰਦ ਆਈ ਤਾਂ ਲਾਈਕ ਕਮੈਂਟ ਸ਼ੇਅਰ ਕਰਿਓ ਓਕੇ ਬਾਏ ਬਾਏ ਮਿਲਦੇ ਹਾਂ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਟਾਟਾ ਬਾਏ ਬਾਏ